ਰੋਂਦਾ ਕੁਰਲਾਉਂਦਾ ਦੁਹਾਈ ਪਾਉਂਦਾ ਇਹ ਉਹ ਪਰਿਵਾਰ ਹੈ ਜਿਨ੍ਹਾਂ ਦੇ ਘਰ ਦੇ ਜਵਾਨ ਪੁੱਤ ਦਾ ਵਿਦੇਸ਼ੀ ਧਰਤੀ ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਨੌਜਵਾਨ ਦਾ ਨਾਮ ਹੈ ਬਲਜੀਤ ਸਿੰਘ, ਜੋ ਕਿ ਆਪਣੇ ਪਰਿਵਾਰ ਦੇ ਚੰਗੇ ਪਾਲਣ ਪੋਸ਼ਣ ਲਈ ਤੇ ਚੰਗੀ ਰੋਜ਼ੀ ਰੋਟੀ ਦੇ ਲਈ ਜਰਮਨੀ ਗਿਆ ਸੀ ਤੇ ਉੱਥੇ ਹੀ ਪਾਕਿਸਤਾਨੀ ਲੜਕੀਆਂ ਦੇ ਨਾਲ ਉਸਦਾ ਝਗੜਾ ਹੋ ਜਾਂਦਾ ਹੈ, ਜਿਸ ਤੋਂ ਬਾਅਦ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਜਰਮਨੀ ਦੇ ਵਿੱਚ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ ਤੇ ਇਹ ਪਤਾ ਲੱਗਿਆ ਹੈ ਕਿ ਕੁਝ ਪਾਕਿਸਤਾਨੀ ਮੁੰਡਿਆਂ ਦੇ ਨਾਲ ਉਸਦਾ ਝਗੜਾ ਹੋ ਗਿਆ, ਜਿਸ ਤੋਂ ਬਾਅਦ ਉਸਦਾ ਕਤਲ ਕਰ ਦਿੱਤਾ ਗਿਆ ਹੈ। ਮਾਪਿਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦੋਨਾਂ ਹੀ ਮੁਲਕਾਂ ਦੀਆਂ ਸਰਕਾਰਾਂ ਉਹਨਾਂ ਦੇ ਪੁੱਤ ਦੇ ਇਸ ਬੇਰਹਿਮੀ ਨਾਲ ਕੀਤੇ ਕਤਲ ਨੂੰ ਲੈ ਕੇ ਜਾਂਚ ਕਰੇ ਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਏ। ਨਾਲ ਹੀ ਪੁੱਤ ਦੇ ਮ੍ਰਿਤਕ ਦੇਹ ਜਲਦ ਭਾਰਤ ਲਿਆਉਣ ਦੀ ਵੀ ਮੰਗ ਕੀਤੀ ਗਈ ਹੈ। ਦੱਸਦੇ ਕਿ ਗੁਰਦਾਸਪੁਰ ਦੇ ਪਿੰਡ ਹਸਨਪੁਰ ਦੇ ਇਹ ਨੌਜਵਾਨ ਬਲਜੀਤ ਸਿੰਘ ਦਾ ਜਰਮਨੀ ਦੇ ਵਿੱਚ ਕਤਲ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪਰਿਵਾਰ ਵੀ ਧਾਹਾਂ ਮਾਰ ਮਾਰ ਕੇ ਰੋ ਰਿਹਾ ਹੈ। ਬਲਜੀਤ ਸਿੰਘ ਜੋ ਕਿ ਵਿਆਹਿਆ ਹੋਇਆ ਸੀ, ਉਸਦੀ ਪਤਨੀ ਤੇ ਦੋ ਮਾਸੂਮ ਬੱਚੇ ਵੀ ਨੇ। ਪਤਨੀ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਕਿ ਉਸਦੇ ਸਿਰ ਦਾ ਸਾਈਂ ਚਲਾ ਗਿਆ। ਉਧਰ ਮਾਂ ਵੀ ਰੋ ਰੋ ਕੇ ਤਰਲੇ ਲੈ ਰਹੀ ਹੈ ਕਿ ਇੱਕ ਵਾਰ ਉਸਦੇ ਪੁੱਤ ਦਾ ਆਖਰੀ ਵਾਰ ਮੂੰਹ ਦਿਖਾਇਆ ਜਾਏ। ਮ੍ਰਿਤਕ ਬਲਜੀਤ ਸਿੰਘ ਦੇ ਪਿਤਾ ਵੱਲੋਂ ਵੀ ਹੱਥ ਜੋੜ ਜੋੜ ਕੇ ਸਰਕਾਰ ਦੇ ਅੱਗੇ ਬੇਨਤੀ ਕੀਤੀ ਗਈ ਹੈ ਕਿ ਉਹ ਆਖਰੀ ਵਾਰ ਆਪਣੇ ਪੁੱਤ ਨੂੰ ਵੇਖਣਾ ਚਾਹੁੰਦੇ ਨੇ ਤੇ ਉਹਨਾਂ ਦੀ ਮਦਦ ਕੀਤੀ ਜਾਏ ਤਾਂ ਜੋ ਉਹਨਾਂ ਦਾ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾ ਸਕੇ। ਸਰਕਾਰ ਨੇ ਅੱਗੇ ਬੇਨਤੀ ਕਰਨੀ ਆ ਮੇਰੇ ਬੱਚੇ ਦੀ ਛੇਤੀ ਤੋਂ ਛੇਤੀ ਘਰ ਪਹੁੰਚਾਓ, ਮੇਰੇ ਬੱਚਿਆਂ ਦਾ ਬਹੁਤ ਬੁਰਾ ਹਾਲ, ਨਾ ਮੇਰੇ ਤੋਂ ਘਰ ਦੀ ਵੇਖੀ ਜਾਂਦੀ ਨਾ ਨਿਆਣੇ ਵੇਖੇ ਜਾਂਦੇ। ਮੇਰੀ ਧੀ ਸਰਕਾਰ ਨੇ ਅੱਗੇ ਬੇਨਤੀ, ਅਸੀਂ ਬੁੱਢੇ ਆ, ਮਾਂ ਪਿਓ ਕੀ ਕਰੀਏ। ਬ੍ਰਦਰ ਜੋ ਬਲਜੀਤ ਸਿੰਘ ਜਰਮਨ ਦੇ ਵਿੱਚ ਬਰਲਿਨ ਸ਼ਹਿਰ ਦੇ ਵਿੱਚ ਕੰਮ ਕਰਨ ਵਾਸਤੇ ਗਿਆ ਸੀ, ਛੋਟੇ ਛੋਟੇ ਉਹਦੇ ਬੱਚੇ ਆ ਜੀ, ਤੇ ਉਹਦੀ ਉੱਥੇ ਕਿ ਪਤਾ ਨਹੀਂ ਚੱਲਿਆ ਸਾਨੂੰ ਵੀ ਕੀ ਗੱਲ ਹੋਈ ਆ, ਉੱਥੇ ਝਗੜਾ ਹੋਣ ਕਾਰਨ ਉਹਦੀ ਮੌਤ ਹੋ ਗਈ ਆ। ਔਰ ਕਿਰਪਾ ਕਰਕੇ ਅਸੀਂ ਦੋਨਾਂ ਸਰਕਾਰਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਬੱਚੇ ਦੀ ਡੈਡ ਬਾਡੀ ਨੂੰ ਛੇਤੀ ਤੋਂ ਛੇਤੀ ਭਾਰਤ ਲੈ ਕੇ ਆਇਆ ਜਾਏ। ਇਹ ਸਾਡੀ ਪੰਜਾਬ ਸਰਕਾਰ ਨੂੰ ਅਸੀਂ ਇੱਕ ਮੇਲ ਕੀਤੀ ਸੀ, ਉਹਦਾ ਸਾਨੂੰ ਜਵਾਬ ਆਇਆ ਸੀ ਵੀ ਉਹਨਾਂ ਨੇ ਮੇਲ ਕੀਤੀ ਆ ਵੀ ਉਹ ਕਹਿੰਦੇ ਵੀ ਡੈਡ ਬਾਡੀ ਭੇਜੀ ਜਾਏਗੀ। ਪਰ ਘਰ ਦਾ ਬਹੁਤ ਬੁਰੀ ਹਾਲਤ ਆ ਜੀ, ਰੋ ਰੋ ਕੇ। ਅਸੀਂ ਚਾਹੁੰਦੇ ਹਾਂ ਵੀ ਛੇਤੀ ਤੋਂ ਛੇਤੀ ਸੈਂਟਰਲ ਗੌਰਮੈਂਟ ਵੀ ਇਹਦੇ ਵਿੱਚ ਆਏ ਔਰ ਛੇਤੀ ਤੋਂ ਛੇਤੀ ਸਾਡਾ ਸਾਥ ਦੇ, ਡੈਡ ਬਾਡੀ ਨੂੰ ਵਾਪਸ ਲਿਆਂਦਾ ਜਾਏ। ਅਸੀਂ ਤੇ ਸੈਂਟਰਲ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਕਿਰਪਾ ਕਰਕੇ ਮਹਾਰਾਜ ਸਾਡੇ ਬੱਚੇ ਦੀ ਲਾਸ਼ ਜਿਹੜੀ ਆ ਜਲਦੀ ਤੋਂ ਜਲਦੀ ਭੇਜੀ ਜਾਵੇ, ਆਪ ਦਾ ਜ਼ਰੂਰੀ ਵਿਚਾਰ ਕਰਾਂਗੇ। ਸਾਡੇ ਬੱਚੇ ਦੇਖ ਨਹੀਂ ਆਉਣ, ਬੱਚੇ ਬੱਚੇ ਰੋਣਦੇ ਆ, ਕਿਰਪਾ ਕਰੋ ਮਹਾਰਾਜ, ਕਿਰਪਾ ਕਰੋ। ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਸਾਡੇ ਬੱਚੇ ਦੀ ਲਾਸ਼ ਜਿਹੜੀ ਜਲਦੀ ਜਲਦੀ ਭਾਰਤ ਮੰਗਾਈ ਜਾਵੇ, ਜਿਹੜਾ ਸੰਸਕਾਰ ਕਰਕੇ ਜਿਹੜਾ ਆਪਣਾ ਸਾਡਾ ਮਦਦ ਹੋਏ। ਇਹ ਸੋਸ਼ਲ ਮੀਡੀਆ ਦੇ ਇਹ ਰਾਹੀਂ ਸਾਨੂੰ ਪਤਾ ਚੱਲ ਰਿਹਾ ਕਿ ਇਸ ਤਰੀਕ ਨੂੰ ਡੈਥ ਉਹਦੀ ਹੋਈ ਹੈ ਤੇ ਕਾਫੀ ਦਿਨ ਹੋ ਚੁੱਕੇ ਆ ਤੇ ਭਾਰਤ ਸਰਕਾਰ ਤੋਂ ਬੇਨਤੀ ਉਹਦੀ ਡੈਡ ਬੋਡੀ ਜਿਹੜੀ ਆ ਜਲਦ ਤੋਂ ਜਲਦ ਪੰਜਾਬ ਲਿਆਂਦੀ ਜਾਏ।